ਸਭ ਤੋਂ ਪਹਿਲਾਂ ਸਤਿਗੁਰ ਪਿਆਰੇ ਜੀ ਸਾਜੀ ਨਵਾ ਜੀ ਗੁਰੂ ਸਵਰੂਪ ਪਿਆਰੇ ਸਤ ਸੰਗਤ ਜੀ ਬਹੁਤ ਟਾਈਮ ਤੋਂ ਬੈਠੇ ਹੋਏ ਨੇ ਗਰਮੀ ਵਿੱਚ ਸਤਿਗੁਰ ਦੇ ਪ੍ਰੇਮ ਪਿਆਰ ਵਿੱਚ ਮੱਖੇ ਹੋਇਆ ਸਤਿਗੁਰ ਦਾ ਪਾਕ ਪਵਿੱਤਰ ਨਾਰਾ ਜ਼ੋਰਦਾਰ ਆਵਾਜ਼ ਵਿੱਚ ਲਗਾਣੇ ਔਰ ਸਾਊਂਡ ਮਾਸਟਰ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਤਾਂ ਵਿਸਲ ਨਾ ਵੇਜਦੀ ਔਰ ਦੂਸਰਾ ਕੋਈ ਇੰਸਟਰੂਮੈਂਟ ਬੰਦ ਨਾ ਹੋਵੇ ਵੀਰੇ ਬਾਕੀ ਸਤਿਗੁਰ ਜਾਣੇ ਉਹਨਾਂ ਦਾ ਕੰਮ ਜਾਣੇ ਤਾਂ ਅਰਨੇ ਵਾਲਾ ਬਲੌਕ ਦੇ ਵਿੱਚ ਬੈਠੇ ਪਹੁੰਚੀ ਸਾਰੀ ਸਾਧ ਸੰਗਤ ਐਮ ਐਸ ਜੀ ਭਜਨ ਮੰਡਲੀ ਵੱਲੋਂ ਸਾਰੀ ਸਾਧ ਸੰਗਤ ਨੂੰ ਅਰਬਾਂ ਵਾਰ ਕਰੋੜਾਂ ਵਾਰ ਜੀ ਆਇਆਂ ਵੈਲਕਮ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਔਰ ਟਾਈਮ ਵੀ ਕਾਫੀ ਹੋ ਗਿਆ ਕੁਝ ਸਾਊਂਡ ਦੀ ਦਿੱਕਤ ਹੋ ਗਈ ਸੀ ਫਾਲਤੂ ਆਵਾਜ਼ ਨਾ ਮਿਲਦੀ ਕੋਈ ਵੀ ਸਾਨੂੰ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਔਰ ਜਿੰਨੀ ਵੀ ਸਾਧ ਸੰਗਤ ਬੈਠੀ ਹੈ ਸਭ ਨੇ ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਸਤਿਗੁਰ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਹੋਏ ਖਿਆਲਾਂ ਦੇ ਨਾਲ ਸਿਮਰਨ ਕਰਦੇ ਰਹਿਣੇ ਜੀ ਕਿਉਂਕਿ ਸਿਮਰਨ ਦੇ ਸਤਿਗੁਰ ਵੱਲੋਂ ਬਹੁਤ ਜ਼ੋਰਦਾਰ ਵਚਨ ਹੈ ਕਿ ਸਿਮਰਨ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਖਿਆਲਾਂ ਨਾਲ ਕੀਤਾ ਹੋਇਆ ਸਿਮਰਨ ਸਤਿਗੁਰ ਜਲਦੀ ਮਨਜ਼ੂਰ ਕਰਦੇ ਆ ਔਰ ਮਨ ਵੀ ਜਲਦੀ ਕਾਬੂ ਵਿੱਚ ਆਉਂਦਾ ਹੈ ਬਹੁਤ ਲੋਕ ਇਹ ਗਲਤ ਮੈਸੇਜ ਫੈਲਾ ਰਹੇ ਹੈ ਕਿ ਕਾਫੀ ਲੋਕ ਆਪਣੇ ਆਪ ਨੂੰ ਪ੍ਰਚਲਿਤ ਕਰਨ ਵਾਸਤੇ ਸਾਧ ਸੰਗਤ ਵਿੱਚ ਆਉਂਦੇ ਹੈ ਤਾਂ ਸਾਧ ਸੰਗਤ ਜੀ ਜਿੱਦਾਂ ਕਿਸੇ ਗੂੰਗੇ ਨੇ ਗੁੜ ਖਾ ਲਿਆ ਗੂੰਗੇ ਨੇ ਗੁੜ ਖਾ ਲਿਆ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਿਵੇਂ ਦੱਸਾਂ ਕਦੇ ਕੱਛਾ ਮਾਰਦਾ ਕਦੇ ਰੌਲਾ ਪਾਉਂਦਾ ਪਰ ਇੱਧਰ ਤਾਂ ਸਤਿਗੁਰ ਨੇ ਬੋਲਦਿਆਂ ਨੂੰ ਵੀ ਗੁੜ ਖਵਾਇਆ ਤੇ ਬੋਲਦੇ ਕਿਉਂ ਨਾ ਰੌਲਾ ਪਾਉਂਦੇ ਜਿੰਨਾ ਉੱਪਰ ਇੰਨੀਆਂ ਰਹਿਮਤਾਂ ਸਤਿਗੁਰ ਨੇ ਲੁਟਾਈਆਂ ਇੰਨੇ ਗੁਣਾਕਾਰਾਂ ਨੂੰ ਬਖਸ਼ ਕੇ ਪ੍ਰੇਮ ਪਿਆਰ ਬਖਸ਼ਿਆ ਉਹਦੇ ਗੁਣ ਕਿਵੇਂ ਨਾ ਗਾਉਣਗੇ ਸਾਧ ਸੰਗਤ ਜੀ ਤਾਂ ਜਿੱਥੋਂ ਤੱਕ ਮਸ਼ਹੂਰੀ ਦੀ ਗੱਲ ਹੈ ਤਾਂ ਜਿਹੜਾ ਮੇਰੇ ਸਤਿਗੁਰ ਦੇ ਗੁਣ ਗਾਊਗਾ ਜਿਹੜਾ ਰਾਮ ਰਹੀਮ ਦੇ ਗੁਣ ਗਾਊਗਾ ਜਿਹੜਾ ਮੀਤ ਮੀਤ ਕਰੂਗਾ ਉਹਨੇ ਮਸ਼ਹੂਰ ਹੋਣਾ ਹੀ ਹੈ ਸਾਧ ਸੰਗਤ ਜੀ ਸਤਿਗੁਰ ਨੇ ਮੂਵੀ ਦੇ ਵਿੱਚ ਬਚਨ ਫਰਮਾਏ ਕਮੇਡੀ ਮੂਵੀ ਸੀ ਬਹੁਤ ਖੁਸ਼ੀਆਂ ਦਿੱਤੀਆਂ ਸਤਿਗੁਰ ਨੇ ਉਸ ਦੇ ਵਿੱਚ ਪਰ ਬਹੁਤ ਜ਼ਿਆਦਾ ਸੀਰੀਅਸ ਬਚਨ ਵੀ ਉਸ ਵਿੱਚ ਮੌਜੂਦਾ ਟਾਈਮ ਵਾਸਤੇ ਸੀ ਕਿ ਬੇਟਾ ਮਸ਼ਹੂਰ ਤਾਂ ਤੁਸੀਂ ਹੋਣਾ ਤਾਂ ਸਤਿਗੁਰ ਦੇ ਬਚਨ ਹੈ ਕੌਣ ਰੋਕ ਸਕਦਾ ਜੀ ਔਰ ਦੂਸਰਾ ਸਤਿਗੁਰ ਨੇ ਨਾਲ ਹੀ ਫਰਮਾਇਆ ਕਿ ਮਸ਼ਹੂਰ ਹੋਣ ਤੋਂ ਬਾਅਦ ਦੁਨੀਆ ਜੀਣ ਨਹੀਂ ਦਿੰਦੀ ਤਾਂ ਵਾਰੇ ਵਾਰੇ ਜਾਈਏ ਅਸੀਂ ਸਤਿਗੁਰ ਦੇ ਜਿਨ੍ਹਾਂ ਨੇ ਪਲ ਪਲ ਚਮਤਕਾਰਾਂ ਨਾਲ ਭਰ ਦਿੱਤਾ ਪਲ ਪਲ ਰਹਿਮਤਾਂ ਨਾਲ ਭਰ ਦਿੱਤਾ ਪਲ ਪਲ ਪਿਆਰ ਨਾਲ ਭਰ ਦਿੱਤਾ ਪਲ ਪਲ ਖੁਸ਼ੀਆਂ ਨਾਲ ਭਰ ਦਿੱਤਾ ਔਰ
पैर पैर उपर चमत्कार सतसंग जी देखने हैं तो सिर्फ सिमरन और सतगुरु उपर दृढ़ विश्वास, क्योंकि गोंगे ने गुड़ खाया है, ये बोलदे ने गुड़ खाया है, तो मशहूरी करने वास्ते नहीं आते, सतसंग जी सतगुरु का गुणगान करने वास्ते आने हैं कि असी बहुत गुनाहगार होने के कारण इन रहमत लुट सकते हैं, तुम तो बहुत भागा वाले हो। तां तां सतगुरु तेरा ही आना आवाज आ रही है बिल्कुल क्लियर। और कोई भी वीर अपने फोन तो लाइव ना करे फेसबुक पर। और एक हाथ जोड़ के होर बहुत जरूरी बेनती है कि जो नाम चर्चा तो बाद समाप्ति होगी तो किसी वीर ने फोटो नहीं लेनी भाई, प्लीज किसी वीर ने फोटो नहीं लेनी है जी, सानू बहुत दिक्कत आती है, बाद में जवाब देना पैदा, सेवा से बहुत असर पैदा। धन धन सतगुरु तेरा ही आसरा। जड़ जड़ पड़े अंगा संत ना होते जगत में, जल मरता संसार बाज प्रेम दे कुछ वसूल नहीं, सिर वट के सुख दे विच कदमा पीछे हट दे सतगुर थी मूल नहीं, बिना पी कबूल नहीं, मिले सिरना बूटिया सिर बाजो प्रेम कमाउणा मखाल फजूल नहीं हो, जिन्ना गुरु नाल प्रीत ने भाई तन्ने ओना प्रेमिया दे, जिन्ना गुरु नाल प्रीत ने भाई सिने नाल हसला लई ਆਈ
मुझे देखी मुंहनी बेके लुकाई चाहे रस्ते
ਪਹਾੜਿਆਂ ਲਾਵਾਂਗੇ ਕਰਾਂਗੇ ਡਿਊਟੀ ਜੋ ਲਗਾਈ ਮੇਰੇ ਸ਼ਾਹ ਸਤਨਾਮ ਜੀਆ ਸਤਨਾਮ ਜੀਆ ਜਾ ਸੰਗਤ ਪਈ ਪੁਕਾਰਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਹਾਲੇ ਤਾਂ ਨੰਬਰ ਹੀ ਹੋਣੀ ਚੱਲੀ ਕਿਤੇ ਨੰਬਰ ਹੀ ਹੋਣੀ ਚੱਲੀ ਪੂਰੀ ਫਿਲਮ ਬਾਕੀ ਵਾਲੇ ਆ
साफ बनाया मेरी रूह ताकी मेरी रूह ताकी नो मेरी रूह ताकी नो मेरे सिर तो कठली लाती मेरे सिर तो कठली लाती करमा के पार दी तेरे हाथ बिच चाबी ओ दाता ਕਹਿੰਦੇ ਕਿ ਹੁਣ ਨਾਮ ਚਰਚਾ ਹੋਈ ਸੀਗੀ ਉਸ ਤੋਂ ਬਾਅਦ ਇੱਕ ਮਹੀਨੇ ਦੇ ਬਾਅਦ ਅੱਜ ਸਤਸੰਗਤ ਵਿੱਚ ਸੇਵਾ ਵਾਸਤੇ ਪਹੁੰਚੇ ਜੀ ਉਸਦਾ ਕੋਈ ਰੀਜ਼ਨ ਸੀ ਕੋਈ ਕਰਮ ਚੱਕਰ ਸੀ ਕਾਫੀ 8-9 ਮਹੀਨਿਆਂ ਤੋਂ ਪਰੇਸ਼ਾਨ ਸੀ ਤਕਲੀਫ ਸੀ ਤਾਂ ਇੱਕ ਮਹੀਨਾ ਇਲਾਜ ਲੈਣ ਵਾਸਤੇ ਯੂਪੀ ਵਿੱਚ ਚਲੇ ਗਏ ਔਰ ਸਤਿਗੁਰ ਦਾ ਇੰਨਾ ਰਹਿਮੋ ਕਰਮ ਕੇ ਯੂਪੀ ਵਿੱਚ ਇਲਾਜ ਵੀ ਕਰਵਾਏ ਪਰਨਾਮਾ ਆਸ਼ਰਮ ਦਰਸ਼ਨ ਵੀ ਕਰੇ
और उत्थे नाम चर्चा विच सेवा भी कर रहे हैं। ए सिर्फ ते सिर्फ शासत नाम जी महाराज करवा सकते हैं जी। ऑपरेशन दे दूसरे दिन सच्चे पातशाह दी कृपा नाल नाम चर्चा विच सीगे। ए उसने रेमो कर्म है जी, गूंगे ने गुड़ खाया है ते उहदा दसूगा भाई किन्ना मिठा है, कोई नहीं रोक सकता। चंगिया माड़िया की लैणा हाथ दिया लकीरां तो आदत है मनुखी के जदों वेले बैठे होंने तो हत्थां दी लकीरां वल वेणे आ के क्या बन रहा हत्थां विच, किधरों आ रही हैं किधर जा रही हैं। पर सतगुर दा रहमो करम, सतगुर दा दरिया दिली रहम दिली कह सकते हैं कि साडे उपर इन्नी रहमत है सच्चे पातशाह दी कि जिहड़ा इन्हां लकीरां नूं लिखदा है सानूं उह मिलिया होया। किन्ने भागा वाले असीं चंगियां मिलदा जदों सुनारिया वाले पीरां तो। सहदे के मोड़ भी यह शब्द लगाया सी और जदों बाद विच रिकॉर्डिंग फेसबुक उपर पाई तां बहुतियां नूं इस गल तों विच लूणे लड़े के पीर क्यों गया। मेरी मर्जी, मैं पीर कहां, मैं यार कहां, मेरा सतगुर है, मेरा यार भी है, मेरा रब भी है, दिलदार भी है। चंगिया माड़िया की लेना हाथ दिया लकीरा तो सब कुछ मिलता जदों सुनारिया वाले पीरा तो। कमी किसे अंदरों बारों कमी किसे होवे तां कोई दसे सतगुर दे दर तो मिलदे ने।
Oh,
तेरा ही रास्ता। धन धन सतगुरु तेरा ही आसरा। धन धन सतगुरु तेरा ही आसरा जी। सुस्ती पै रही पहला था पिछले भाई, टाइम बहुत हो गया, बैठना जिंदे रहो। और एक जोरदार नारा लगा दिए सतगुरु की दरगाह के हाजिरी लगवा लिए जी। वैसे तो नाम चर्चा विच बैठे हो, तन मन की सेवा हो रही है, तन जिदा पखे चला रहे हैं, मन जिदा सतगुरु के नाल मन को जोड़ के बैठे हुए हो, हाजिरी तो लग रही है जी। एक जोरदार नारा लगावे ता जो जिहड़े वीरां नूं सुस्ती पई हुई है वह दूर हो जाए। टेंशन का जरूर लावे भाई। समा आ गया उठन वाले परदे, चाल बाजा दी है चाल पुठी पै, कोई करता सी गल कुर्बानिया दी, करदा सी गल कुर्बानियां, क्या अनोखी कुर्बानी मेरे यार दित्ती, कोई करदा सी गल कुर्बानियां दी, क्या अनोखी कुर्बानी मेरे यार दित्ती। ओ कोई कुछ मारे कोई कुछ मारे ते ओना इज्जत आबरू वार दित्ती, असी वारे वारे जाने असी वारे वारे जाने क्या मिसाल है मेरी सरकार दित्ती, पल काली पट्टी लगी उते मेरे देश की नजर उतार दिती, जिस तन लागी सो तन जाने कौन जाने पीड़ पराई हो। लोगों वास्ते गल जिन्होंने महसूस किया उन्होंने को पुछ के देखो जी। समा आ गया उठन वाले परदे, चाल बाजा दी है चाल पुठी पै गई,
सतगुरु तेरे ऐसा थोड़ी जी आवाज से बच्चा मैंने देखो अपने ऊपर कर ले तर्ज बहुत ज्यादा औखी है सुर बहुत उच्चा है पर सतगुरु के अरदास बेनती के नाज रखे पिता जी तन
सच्चा सौदा दरबार के प्रेमियों के बच्चे उन्होंने बारे एक शब्द है जी, शब्द भी है और बुराई के नुमाइंदों बहुत वड्डा जवाब भी है कि तुसीं तां साडे बच्चों को नहीं रोक सकते, तुसीं तां सच्चे सौदे के बच्चों को नहीं रोक सकते, बजुर्गों का नौजवानों का तां सोच भी नहीं सकते। ਜਿਨ੍ਹਾਂ ਦੀਆਂ ਤਿੰਨ ਤਿੰਨ ਪੀੜ੍ਹੀਆਂ ਦਰਬਾਰ ਤੋਂ ਰਹਿਮਤ ਲੁੱਟ ਰਹੀਆਂ, ਦਰਬਾਰ ਤੋਂ ਸਤਿਗੁਰ ਦਾ ਪ੍ਰੇਮ ਪਿਆਰ ਲੈ ਰਹੀਆਂ, ਉਹ ਕਿਵੇਂ ਪਿੱਛੇ ਹਟ ਜਾਂਦੇ ਸੀ। ਡੋਲਦੇ ਨੀ ਕਾਲ ਵਾਲੇ ਸੁਰਮਾਂ ਤੋਂ ਡਰ, ਤੋੜਦੇ ਨੀ ਕਾਲ ਵਾਲੇ ਜ਼ੁਲਮਾਂ ਤੋਂ ਡਰ, ਪੈਰਾਂ ਦੇਈਏ ਗੁਰੂ ਬਚਣਾ ਤੇ ਡਟ ਕੇ, ਪੈਰਾਂ ਦੇਈਏ ਗੁਰੂ ਬਚਣਾ ਤੇ ਡਟ ਕੇ, ਅੱਜ ਬੱਚਾ ਬੱਚਾ ਪ੍ਰੇਮੀਆਂ ਦਾ ਹਾਂ।
ਦਰੂਰ ਤੇਰਾ ਹੈ ਸਰ ਸਤਿਗੁਰੂ ਤੇਰਾ ਹੀ ਆਸਰਾ ਸਤਿਗੁਰੂ ਪਿਆਰੇ ਦੀ ਸਾਜੀ ਨਵਾਜੀ ਕਰੀ ਸਾਸੰਗ ਕਾਫੀ ਸਾਸੰਗਤ ਨੇ ਸ਼ਬਦ ਸੁਣਿਆ ਹੋਇਆ ਹੈ ਕਿ ਰੋਤਕ ਨੂੰ ਨਾਲ ਲੈ ਗਿਆ ਜੀ ਕਹਿੰਦੇ ਨਜ਼ਰਾਂ ਕਿਉਂਕਿ ਕਾਫੀ ਸਾਸੰਗਤ ਜਿੱਦਾਂ ਗੁਰੂ ਹਰ ਸਹਾਈ ਤੋਂ ਆਏ ਹੋਏ ਹੈ ਫਾਜ਼ਿਲਕਾ ਤੋਂ ਸਹਿਦੇ ਕੇ ਮੋਹਨ ਤੋਂ ਵੀ ਬਹੁਤ ਵੀਰ ਪਹੁੰਚੇ ਹੋਏ ਹੈ ਤਾਂ ਇੱਕ ਬਿਲਕੁਲ ਸੱਚੀ ਘਟਨਾ ਦੇ ਉੱਪਰ ਆਧਾਰਿਤ ਹੈ ਸ਼ਬਦ ਕਿ ਜਦੋਂ 25 ਅਗਸਤ 2017 ਨੂੰ ਸਤਿਗੁਰੂ ਜੀ ਨੇ ਆਪਣਾ ਮਿਸ਼ਨ ਸਟਾਰਟ ਕਰਦੇ ਹੋਏ ਸਿਰਸਾ ਛੱਡਿਆ ਤਾਂ ਆਪਣੇ ਦਰਬਾਰ ਦਾ ਸਤਿਗੁਰ ਦਾ ਨਿੰਦਿਆ ਕਰਨ ਵਾਲਾ ਇੱਕ ਵੀਰ ਜਿਸ ਦੀ 25 ਅਗਸਤ 2017 ਨੂੰ ਨਿਗਾਹ ਚਲੀ ਗਈ ਜਿਸ ਨੂੰ ਹਟ ਗਿਆ ਉਸ ਵੀਰ ਨੂੰ ਤਾਂ ਜਿੰਨੀਆਂ ਅਰਦਾਸਾਂ ਆਪਾਂ ਕਰਦੇ ਹਾਂ ਜਿੰਨੀਆਂ ਬੇਨਤੀਆਂ ਆਪਾਂ ਕਰਦੇ ਹਾਂ ਕਿ ਪਿਤਾ ਜੀ ਜਲਦੀ ਆ ਜਾਓ ਓਨੀਆਂ ਹੀ ਅਰਦਾਸਾਂ ਉਹ ਵੀਰ ਵੀ ਕਰਦਾ ਹੈ ਕਿ ਸਤਿਗੁਰ ਜਲਦੀ ਆ ਜਾਓ ਮੈਂ ਗੁਨਾਹਗਾਰ ਹਾਂ ਔਰ ਮੇਰੀ ਨਿਗਾਹ ਤੁਹਾਡੇ ਨਾਲ ਗਈ ਹੈ ਮੈਨੂੰ ਪਤਾ ਹੈ ਤੁਸੀਂ ਆਓਗੇ ਤਾਂ ਮੇਰੀ ਨਿਗਾਹ ਵੀ ਵਾਪਿਸ ਆ ਜਾਊਗੀ ਮੈਂ ਇਸ ਦੁਨੀਆਂ ਨੂੰ ਦੁਬਾਰਾ ਤੋਂ ਦੇਖ ਸਕਦਾ ਤਾਂ ਉਸ ਵੀਰ ਦੀਆਂ ਜੋ ਭਾਵਨਾਵਾਂ ਉਹਨਾਂ ਨੂੰ ਸ਼ਬਦ ਦੇ ਜ਼ਰੀਏ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਔਰ ਜੇ ਕਿਸੇ ਨੂੰ ਡਾਊਟ ਹੋਵੇ ਮਨ ਵਿੱਚ ਸ਼ੱਕ ਹੋਵੇ ਕਿ ਸ਼ਾਇਦ ਬਣੀ ਬਣਾਈ ਗੱਲ ਹੈ ਤਾਂ ਪੂਰਾ ਐਡਰੈਸ ਹੈ ਸ਼ਬਦ ਦੇ ਵਿੱਚ ਬਾਈ ਦਾ ਜਾ ਕੇ ਪੁੱਛ ਸਕਦੇ ਹੋ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਔਰ ਜੋ ਮੇਰੇ ਨਾਲ ਪਿੱਛੇ ਸੇਵਾ ਕਰ ਰਹੇ ਆ ਬਹੁਤ ਵੱਡੀ ਮੇਰਾ ਮਜੀਸ਼ੀਅਨ ਗਰੁੱਪ ਮਜੀਸ਼ੀਅਨ ਪਰਿਵਾਰ ਸਾਜੀ ਵੀਰ ਉਹਨਾਂ ਵਾਸਤੇ ਇੱਕ ਜ਼ੋਰਦਾਰ ਤਾੜੀ ਰਿੰਕੂ ਜੀ ਫਾਜ਼ਿਲਕਾ ਤੋਂ ਬਹੁਤ ਜ਼ਬਰਦਸਤ ਕੀਬੋਰਡ ਪਲੇਅਰ ਹੈ ਔਰ ਕਾਕਾ ਗਦਰੀ ਕਾਫੀ ਲੋਕ ਜਾਣਦੇ ਇਹਨਾਂ ਨੂੰ ਤਾਂ ਲਾਈਵ ਵਿੱਚ ਸੇਵਾ ਕਰਦੇ ਸਾਡੇ ਨਾਲ ਹੁਣ ਇੱਧਰ ਤਬਲੇ ਉੱਪਰ ਬੈਠੇ ਹੋਏ ਬਹੁਤ ਪਿਆਰੇ ਵੀਰ ਪੈਡ ਉੱਪਰ ਸੇਵਾਦਾਰ ਬੈਠੇ ਹੋਏ ਬਾਈ ਜੀ ਮੇਰੇ ਦਿਮਾਗ ਵਿੱਚ ਨਾਮ ਨਹੀਂ ਹੈ ਉਹਨਾਂ ਦਾ ਸਤਿਗੁਰ ਤਾਂ ਸਭ ਕੁਝ ਜਾਣਦੇ ਆ ਔਰ ਪੈਜੋ ਉੱਪਰ ਸੇਵਾ ਕਰ ਰਹੇ ਆ ਬਾਈ ਜੀ ਉਹ ਵੀ ਹੈ ਜੋ ਸਤਿਗੁਰ ਦੇ ਨਾਲ ਰੂਹਾਨੀ ਰੂਬਰੂ ਨਾਈਟਾਂ ਦੇ ਵਿੱਚ ਪੈਜੋ ਪਲੇ ਕਰਦੇ ਆ ਔਰ ਸਾਡਾ ਬਹੁਤ ਰਹਿਮੋ ਕਰਮ ਹੈ ਸਤਿਗੁਰ ਦਾ ਉਹਦਾ ਉਪਕਾਰ ਨਹੀਂ ਦੇ ਸਕਦੇ ਕਿ ਉਸ ਵੀਰ ਦੇ ਨਾਲ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਜੀ ਇੱਕ ਜ਼ੋਰਦਾਰ ਤਾੜੀ ਇਸ ਵੀਰ ਦੇ ਵਾਸਤੇ ਭਾਈ ਜੀ ਉਹੀ ਬੈਂਜੋ ਜਿਹੜੀ ਸਤਿਗੁਰ ਨੇ ਬਖਸ਼ੀ ਆਪ ਨੂੰ ਉਹੀ ਬੈਂਜੋ ਨੇ ਵਾਹ ਜੀ ਵਾਹ ਜਾਂਦੇ ਰਹੋ ਸਤਿਗੁਰ ਨੇ ਪ੍ਰੇਮ ਨਿਸ਼ਾਨੀ ਦਿੱਤੀ ਹੋਈ ਹੈ ਬੈਂਜੋ ਬਾਈ ਜੀ ਬਾਈ ਜੀ ਬਹੁਤ ਵਾਰ ਮੈਨੂੰ ਰੋਕਦੇ ਆ ਬਾਈ ਕਿ ਵੀਰੇ ਨਾ ਬੋਲਿਆ ਕਰੋ ਮੇਰੇ ਬਾਰੇ ਇੰਨਾ ਪਰ ਮੈਥੋਂ ਰਿਹਾ ਨਹੀਂ ਜਾਂਦਾ ਉਹੀ ਗੱਲ ਕਿ ਜਦੋਂ ਗੁੜ ਖਾਂਦੇ ਬਾਈ ਫਿਰ ਮੈਂ ਰੌਲਾ ਪਾਵਾਂਗੇ ਕਿ ਖਾ ਲਿਆ ਦੱਸਾਂਗੇ ਵੀ ਕਿਹੋ ਜਿਹਾ ਲੱਗਦਾ ਤੁਸੀਂ ਵੀ ਖਾਓ
ਅਸੀਂ ਨਿੰਦਕ ਸੋਹਣੇ ਯਾਰ ਦਾ ਹੋ ਸਕਦ ਤੋ ਲਵੇ ਪੁੱਛ ਕੇ ਖਬਰਾਂ ਉਹ ਰੋਦ ਤੁਹਾਨੂੰ ਨਾਲ ਲੈ ਗਿਆ ਸੀ ਕਹਿੰਦਾ ਨਾ ਸਤਿ ਸ੍ਰੀ ਅਕਾਲ ਜੀ। ਕੁਝ ਦਿਨ ਪਹਿਲਾਂ ਸਾਧ ਸੰਗਤ ਦੀ ਸੇਵਾ ਵਿੱਚ ਇੱਕ ਸ਼ਬਦ ਲੈ ਕੇ ਆਏ ਸੀ ਬੇਅਦਬੀ
ਪੰਜਾਬ ਦੇ ਮੌਜੂਦਾ ਹਾਲਾਤਾਂ ਉੱਪਰ ਕਿ ਜਿਹੜੇ ਬੇਗੁਨਾਹ ਵੀਰ ਸਰਕਾਰਾਂ ਦੇ ਤਸ਼ੱਦਦ ਚੱਲ ਰਹੇ ਹੈ, ਜਿੱਥੇ ਗੁਰੂ ਆ ਜਾਂਦਾ, ਜਿੱਥੇ ਗੁਰੂ ਸ਼ਬਦ ਆ ਜਾਂਦਾ ਜੀ, ਪ੍ਰੇਮੀਆਂ ਵਾਸਤੇ ਉਸ ਤੋਂ ਉੱਪਰ ਕੋਈ ਲਫ਼ਜ਼ ਨਹੀਂ। ਔਰ ਸਾਡੇ ਉੱਪਰ ਇਹ ਇਲਜ਼ਾਮ ਮੜਤਾ ਕਿ ਅਸੀਂ ਗੁਰੂ ਦੀ ਬੇਅਦਬੀ ਕਰਨੀ ਹੈ। ਅਦਬ ਪ੍ਰੇਮੀਆਂ ਨੂੰ ਗੁਰੂ ਦਾ ਅਦਬ ਕੀ ਹੁੰਦਾ ਤਾਂ ਪ੍ਰੇਮੀ ਮਿਸਾਲ ਹੈ। ਮੌਜੂਦਾ 25 ਅਗਸਤ 2017 ਵਾਲਾ ਦਿਨ ਮਿਸਾਲ ਹੈ ਪ੍ਰੇਮੀ ਕਿ ਸਤਿਗੁਰ ਦੇ ਲਈ ਪ੍ਰੇਮੀ ਕੀ ਕਰ ਦਿੰਦੇ ਆ, ਗੁਰੂ ਦੇ ਲਈ ਪ੍ਰੇਮੀ ਜਾਣ ਦੀ ਪਰਵਾਹ ਨਹੀਂ ਕਰਦੇ। ਔਰ ਉਹਨਾਂ ਪ੍ਰੇਮੀਆਂ ਦੇ ਉੱਪਰ ਇਹ ਇਲਜ਼ਾਮ ਲੱਗ ਜੇ ਕਿ ਇਹਨਾਂ ਨੇ ਗੁਰੂ ਦੀ ਬੇਅਦਬੀ ਕੀਤੀ, ਇਸ ਤੋਂ ਵੱਡਾ ਦੁੱਖ ਵਾਲਾ ਟਾਈਮ ਦੁੱਖ ਵਾਲਾ ਗੱਲ ਸਾਡੇ ਵਾਸਤੇ ਹੋਰ ਨਹੀਂ। ਸਾਨੂੰ ਦੇਸ਼ ਧਰੋਹੀ ਕਿਹਾ ਗਿਆ, ਸਾਨੂੰ ਗੁੰਡੇ ਕਿਹਾ ਗਿਆ, ਪਰ ਉਸ ਤੋਂ ਵੀ ਜ਼ਿਆਦਾ ਦਰਦਨਾਕ ਕਿ ਗੁਰੂ ਦੇ ਦੁਖੀ ਹੈ, ਇਹ ਗੁਰੂ ਦੀ ਬੇਅਦਬੀ ਕੀਤੀ ਹੈ ਇਹਨਾਂ ਨੇ, ਤਾਂ ਉਸੇ ਦੁੱਖ ਨੂੰ ਇੱਕ ਲਫ਼ਜ਼ਾਂ ਦੇ ਜ਼ਰੀਏ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸ਼ੀਰਵਾਦ। ਸੋ ਤਨ ਜਾਣੇ ਕੌਣ ਜਾਣੇ ਪੇੜ ਪਰਾਈ ਹੋਈ, ਪਾਵਾਂ ਵਾਸਤੇ ਸ਼ਰਾਰੂ ਮੇਰੀ ਕੌਮ ਤੇ ਹਾਰੇ ਜ਼ੁਲਮਾਂ ਨੂੰ ਬੰਦ ਕਰੋ ਜੀ, ਸਰਕਾਰਾਂ ਨੂੰ ਇੱਕ ਗੁਜ਼ਾਰਿਸ਼ ਬੇਨਤੀ ਹੈ ਕਿ ਜੋ ਜ਼ੁਲਮ ਸਾਡੇ ਉੱਪਰ ਹੋ ਰਿਹਾ ਹੈ ਹੜੇ 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 ਬੰਦ ਕਰ ਦਿਓ, ਹੁਣ ਬਹੁਤ ਹੋ ਗਿਆ। ਪਾਵਾਂ ਵਾਸਤੇ ਸ਼ਰਾਂ ਨੂੰ ਮੇਰੀ ਕੌਮ ਤੇ ਹਾਰੇ ਜ਼ੁਲਮਾਂ ਨੂੰ ਬੰਦ ਕਰੋ ਜੀ,
ਸਾਰ ਬਣ ਕੇ ਥੋੜੇ ਦਿਨ ਪਹਿਲਾਂ ਸਾਧ ਦੀ ਸੇਵਾ ਵਿੱਚ ਲੈ ਕੇ ਆਏ ਸ਼ਬਦ ਲੌਕਿਕ ਸੁਣਿਆ ਬਹੁਤ ਸਾਧ ਸੰਗਤ ਨੇ ਬਹੁਤ ਵੀਰ ਬੋਲ ਕੇ ਵੀ ਗਏ ਕਿ ਬਾਈ ਜੀ ਸ਼ਬਦ ਜ਼ਰੂਰ ਸੁਣਾਇਓ ਤਾਂ ਉਹੀ ਸ਼ਬਦ ਲੌਕਿਕ ਆ ਜਿਹੜਾ ਬੈਕ ਵਾਲੇ ਕੋਰਸ ਹੈ ਨਾ ਤੇ ਥੋੜੀ ਆਵਾਜ਼ ਹੋਰ ਕੋਰਸ ਵਾਲੇ ਬੈਠ ਕੇ ਸੋਹਣੇ ਸੋਹਣੇ ਮੀਤ ਬਿਨਾ ਮੱਚਦਾ ਪ੍ਰੇਮੀਆਂ ਦੇ ਮੱਚਦਾ
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਆਵੇਗੀ ਆਤ ਸਾਰੇ
पाई बाउंडी लिखा मैं
ਤੋਂ ਤਰੀਕੇ ਆਉਣ ਦੀ ਹੋਰ ਕਿੰਨਾ ਕੁ ਉਡੀਕਾਂ
के तेरा मेरा प्रेम शहंशा जाओ गंगा दा पानी तेरा मेरा प्रेम शहंशा गंगा दा पानी तेरा मेरा प्रेम शहंशा गंगा दा पानी सतगुरु तेरी पाक मोहब्बत होर मोहब्बत बनी सतगुरु तेरी पाक मोहब्बत होर मोहब्बत बनी ज्यादा तो ज्यादा सारे ने देखना है
और उसके ऊपर जी एड चलती है उस एड नू स्किप नहीं करना उस एड नू भी देखना है आपा वो भी सेवा बनती है जी और सच कहूँ दा पेज है जो सारे ने लाइक कर लेने हैं सर्च वाले बॉक्स के जाके सच कहूँ पंजाबी सच कहूँ लिखांगे तो सच कहूँ का पेज मिल जूगा उस पेज नू सारे ने लाइक करना और सिमरन सेवा सारा ने वो वो करना मन धन भलाई के काम जिन्हें आप कर सकते हैं जिदा सतगुर ने चलाए हुए हैं बुकों में रेंदे हुए वो ज्यों त्यों करते रहने जी और दे ਪ੍ਰਸ਼ਾਦ ਲੈਣ ਤੋਂ ਬਾਅਦ ਪਾਈ ਜਾਂਦਾ